ਨਵਾਬ ਸਾਹਿਬ ਨੀ ਹੋਣੀ ਲਾਗੇ ਬੈਠੇ ਆ ਦੋਸਤੋ ਪਹੁੰਚ ਚੁੱਕੇ ਆ ਲਾਸਟ ਵਿਲੇਜ ਹੈ ਆਪਣੇ ਮਨਾਲੀ ਕੇ ਜੋ ਉੱਪਰ ਪਹਾੜੀ ਕਾ ਲਾਸਟ ਵਿਲੇਜ ਇਸਕੇ ਉੱਪਰ ਕੋਈ ਗਾਉਂ ਹੈ ਟੂਰਿਸਟ ਕਿਤਨੇ ਸਾਲ ਰੁਕੇ ਅੱਸੀ ਦੋ ਬਿਆਸੀ ਸਾਲ ਇਹ ਆਪਾਂ ਨਾ ਜਾਣ ਜ਼ਿੰਦਗੀ ਦੇ ਨਜ਼ਾਰੇ ਹੀ ਲੈਣ ਡਏ ਆ ਦੋਸਤੋ ਟੂ ਮੱਚ ਠੰਡ ਹੋਣ ਕਰਕੇ ਅਸੀਂ ਪਾ ਲਈ ਆ ਟੋਪੀ ਦੇ ਆ ਗਈ ਅੱਜ ਇੰਜੋਏ ਕੀਤਾ ਜਾ ਰਿਹਾ ਵਧੀਆ ਲੈਵਲ ਸੱਜਣ ਬੈਠੇ ਆਪਣੇ ਔਰੇਂਜ ਜੂਸ ਨਹੀਂ ਆ ਇਹਨੂੰ ਮੌਕਟੇਲ ਕਹਿੰਦੇ ਮੇਰੇ ਹਿਸਾਬ ਨਾਲ ਮੌਕਟੇਲ ਹੀ ਕਹਿੰਦੇ ਆ ਮੌਕਟੇਲ ਹੀ ਕਹਿੰਦੇ ਆ ਤੇ ਆ ਰਸਤਾ ਵਾ ਜਿਹੜੇ ਰਸਤੇ ਥਾਣੀ ਅਸੀਂ ਉੱਪਰ ਆਏ ਕਿਤਨਾ ਦਵਾਂਗੇ ਜਾਂਦੇ ਜਾਂਦੇ ਬੁਲੇਟ ਹੀ ਲੁੱਟ ਕੇ ਗਏ ਓਕੇ ਸੱਜਣੋ ਫਿਰ ਤੁਹਾਡਾ ਆਪਣੇ ਨਵੇਂ ਵਲੌਗ ਚ ਤੇ ਨਵੇਂ ਵਲੌਗ ਚ ਲੈ ਵੇ 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 ਆਉਂਦਾ ਗੱਡੀਆਂ ਕਿਆ ਬਾਤ ਹੈ ਕਿਆ ਬਾਤ ਹੈ ਤੇ ਸੱਜਣੋ ਅੱਜ ਅਸੀਂ ਬਣੇ ਆ ਦੋਵੇਂ ਜਾਣੇ ਟੋਪੀ ਗਾਈਸ ਟੂਰਿਸਟ ਓਰੀਜਨਲ ਟੂਰਿਸਟ ਬਣੇ ਅਸੀਂ ਯਾਰ ਕੀ ਤੇ ਸੱਜਣੋ ਮੈਂ ਦੱਸਣਾ ਚਾਹੁੰਦਾ ਜਿਹੜਾ ਤੁਸੀਂ ਪਿੱਛੇ ਵਲੌਗ ਵੇਖਿਆ ਉਹ ਕਸੌਲ ਦਾ ਸੀ ਇਸ ਟਾਈਮ ਅਸੀਂ ਬਿਨਾਂ ਵਲੌਗ ਬਣਾਏ ਮਨਾਲੀ ਪਹੁੰਚ ਚੁੱਕੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਹਾੜ ਬਹੁਤ ਸੋਹਣੇ ਲੱਗ ਰਹੇ ਨੇ ਉੱਤੋਂ ਨੂੰ ਥੋੜਾ ਜਿਹਾ ਦਿਖਾਉਂਦੇ ਹਾਂ ਵੀਰ ਕਹਿੰਦਾ ਪਹਾੜ ਦਿਖਾਓ ਇਹ ਤੋਂ ਅਗਲੀ ਕਲਿੱਪ ਜੇ ਵਿਖਾਉਂਦੇ ਹਾਂ ਮੇਰੀ ਗੱਲ ਸੁਣੋ ਅੱਜ ਅਸੀਂ ਚੱਲੇ ਹਾਂ ਸੱਜਣੋ ਉੱਪਰ ਨੂੰ ਮਤਲਬ ਸੁਲਾਂਗ ਵਾਲੀ ਸਾਈਡ ਸੀਸੂ ਵਾਲੀ ਸਾਈਡ ਰਤਾਂਗ ਵਾਲੀ ਸਾਈਡ ਉਤਲੇ ਲੈਵਲ ਤੇ ਪਹਾੜਾਂ ਦੇ ਉਤਲੇ ਲੈਵਲ ਤੇ ਜੁੜੇ ਰਹੋ ਵਲੌਗ ਦੇ ਨਾਲ ਤੇ ਬਸ ਜੁੜੇ ਰਹੋ ਓਹੋ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਤੇਰੇ ਕਰਕੇ ਪਹਾੜ ਵਿਖਾ ਤੇ ਹੀ ਸਾਰੇ ਸੱਜਣਾ ਤੂੰ ਮੈਨੂੰ ਕਿਹਾ ਸੀ ਵਿਖਾ ਇੱਕ ਵਾਰੀ ਇੱਕ ਚੀਜ਼ ਹੈਗੀ ਪਰ ਜਿਹੜੇ ਆਹ ਵਾਲਾ ਪਹਾੜ ਆ ਉੱਥੇ ਪੂਰੀ ਧੁੱਪ ਆ ਆਹ ਬਾਕੀ ਇੱਥੇ ਹਨੇਰਾ ਹੋ ਗਿਆ ਹਨਾ ਬਰਫਾਂ ਵੀ ਹੈਗਾ ਜੀ ਜਾਂ ਫਿਰ ਜਿਹੜੇ ਉਹ ਪਹਾੜ ਉਹਨਾਂ ਦੇ ਪਿਛਲੇ ਬੰਨੇ ਇੱਥੇ ਚਾਨਣ ਬੜਾ ਆ ਮੇਰੇ ਹਿਸਾਬ ਨਾਲ ਕਿਰਨਾਂ ਦਿਖਣ ਦੀਆਂ ਸੂਰਜ ਦੀਆਂ ਹਾਂ ਉਧਰ ਦੇਣਿਆ ਪੂਰਾ ਤੇ ਇੱਧਰ ਵੀ ਦੇਣੀ ਆ ਪੂਰਾ ਚਲੋ ਬਾਕੀ ਵੇਨੇ ਆਪਾਂ ਦਿਨ ਚ ਪਹੁੰਚਦੇ ਆ ਕਿ ਨਹੀਂ ਚਲੋ ਸੱਜਣੋ ਦੋਸਤੋ ਆਹ ਜਗ੍ਹਾ ਆ ਜਿੱਥੇ ਆਪਾਂ ਹਰ ਵਾਰੀ ਆ ਕੇ ਰੁਕੀਦਾ ਆ ਤੇ ਹੁਣ ਤੇ ਆਪਾਂ ਲੇਟ ਹੋ ਜਾਣਾ ਕਿਉਂਕਿ ਸੀਸੂ ਹਨੇਰਾ ਹੋ ਜਾਣਾ ਜੇ ਆਪਾਂ ਰੁਕੇ ਵਾਪਸ ਆਉਂਦੇ ਸੋਚਿਆ ਡਿਨਰ ਇੱਥੇ ਕਰਾਂਗੇ ਜੁੜੇ ਰਹੋ ਵਲੌਗ ਦੇ ਨਾਲ ਨਵਾਬ ਸਾਹਿਬ ਹੋਣੀ ਤੇ ਨਵਾਬ ਸਾਹਿਬ ਨਹੀਂ ਹੋਣੀ ਲਾਗੇ ਬੈਠੇ ਆ ਬਾਹਰ ਦੇ ਪੂਰੇ ਬੁੱਲੇ ਲੁੱਟੇ ਜਾ ਰਹੇ ਆ ਤੇ ਨਵਾਬ ਨੂੰ ਤੇ ਟੋਪੀਆਂ ਨਾਲ ਹੀ ਨਫ਼ਰਤ ਹੋਈ ਪਈ ਕਦੀ ਕੋਈ ਲਾਹੁੰਦਾ ਕਦੀ ਕੋਈ ਲਾਹੁੰਦਾ ਚਲੋ ਕੋਈ ਗੱਲ ਨਹੀਂ ਹਾਂਜੀ ਉਹ ਸੋਰੀ ਸੋਰੀ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਜਸਕਿਰਤ ਬਾਈ ਵੀ ਪਿੱਛੇ ਪਿੱਛੇ ਆ ਰਿਹਾ ਆ ਕਿਆ ਵਿਊ ਹੈ ਲੋ ਵੀ ਦੋਸਤੋ ਇਹ ਕਾਹ ਜਗਾੜ ਜਾਓ ਉਤਰ ਗਿਆ ਬੰਦਾ ਮੈਨੂੰ ਲੱਗਦਾ ਇਹ ਲੈਂਡਿੰਗ ਆ ਗਈ ਆ ਗਈ ਆ ਗਈ ਆ ਗਈ ਚਲੋ ਜੀ ਆਪਾਂ ਤਾਂ ਨਹੀਂ ਭਾਊ ਇਹ ਚੀਜ਼ ਕਰਨੀ ਕਦੀ ਪਤਾ ਹੁੰਦਾ ਵਾ ਲੋ ਵੀ ਦੋਸਤੋ ਰੋਹਤਾਂਗ ਅਟਲ ਟਨਲ ਕਰੋਸ ਕਰ ਲੈਂਦੇ ਹਾਂ ਅਟਲ ਟਨਲ ਸੱਜਣੋ ਆਪਾਂ ਸੱਤ ਆਪਣਾ 5:31 ਸਤਾਰਾਂ 31 5:31 'ਤੇ ਐਂਟਰ ਹੋਏ ਹਾਂ ਦੇਖਦੇ ਹਾਂ ਕਦੋਂ ਤੱਕ ਮੁੱਕਦੀ ਆ ਕਿੰਨਾ ਟਾਈਮ ਲੱਗਦਾ ਇਹ ਟਨਲ 'ਚ ਅੱਜ ਇਹ ਵੀ ਚੀਜ਼ ਦਾ ਨਾ ਤੱਤ ਕੱਢਣਾ ਹੈ 5:33 ਹੋ ਗਏ ਆ ਸੱਜਣੋ ਨਾ ਨੇ ਫੁੱਲ ਹਾਈ ਵੀ ਨਹੀਂ ਛੱਡੀਆਂ ਪਿੱਛੇ ਆਪਾਂ ਲਾਇਆ ਵਾ ਕਰੂਜ਼ ਮੋਡ ਪੰਜਾਹ ਦੇ ਉਹ ਵੀ ਦੋਸਤੋ 5:31 ਤੇ ਆਪਾਂ ਟਾਈਮਿੰਗ ਸ਼ੁਰੂ ਕੀਤੀ 5:42 11 ਮਿੰਟ ਹੋ ਗਏ 10 ਲਾ ਲਓ ਤੁਸੀਂ 10 ਮਿੰਟ ਦਾ ਰਸਤਾ ਆ ਟਨਲ ਦੇ ਵਿੱਚ ਕੀ 10 ਮਿੰਟ ਲੱਗ ਜਾਂਦੇ ਪੂਰੇ ਅਟਲ ਟਨਲ ਕਰੋਸ ਕਰਨ ਨੂੰ ਤੇ ਬਾਅਦ 'ਚ ਤੁਸੀਂ ਬਾਹਰ ਵਾਲਾ ਵਿਊ ਵੇਖ ਸਕਦੇ ਜੀ ਕਹਿੰਦੇ ਆ ਕਿ ਮੁੰਡੇ
ਦੀ ਠੰਡ ਹੈ ਆ ਸਾਰੇ ਰਾਜ। ਦੋਸਤੋ ਪਹੁੰਚ ਚੁੱਕੇ ਆ, ਗੈਜੇ ਬਾਈ ਨੇ ਦੇਤਾ ਆਰਡਰ ਤੇ ਗੱਡੀਆਂ ਲਾਤੀਆਂ ਬਸ ਸਾਈਡ ਤੇ ਕਰਕੇ ਲਵੀ ਬਾਈ ਤੇ ਆਉਂਦੇ ਤੇ ਵੇਖੋ ਮਾਹੌਲ ਪੂਰੀ ਜੰਨਤ ਵਾਲਾ ਤੇ ਫੜ 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 ਜਿੰਦਗੀ ਦੇ ਨਜ਼ਾਰੇ ਲੈਣ ਡੇ ਆ ਭਾਵੇ ਬਹੁਤ ਜ਼ਿਆਦਾ ਸਵਾਲ ਥੈਂਕ ਯੂ ਵੀ ਦੋਸਤੋ ਟੂ ਮੱਚ ਠੰਡ ਹੋਣ ਕਰਕੇ ਅਸੀਂ ਪਾ ਲਈ ਆ ਟੋਪੀ। ਓਹੋ ਹੋ ਹੋ ਕੀ ਹੋ ਗਿਆ? ਓਹੋ ਦਬਕੇ ਮਾਰ ਲੈ ਪੁੱਤ, ਬਾਹਰ ਠੰਡ ਵੀ ਕਿੰਨੀ ਆ, ਤਾਂ ਹੀ ਤਾਂ ਆਪਾਂ ਗੱਡੀ 'ਚ ਬੈਠੇ ਆ ਗਏ। ਲੈ ਤੂੰ ਤਾਂ ਮੇਰੇ ਨਾਲ ਵੀ ਲੜਨ ਲੱਗ ਪਿਆ। ਤੇ ਹੁਣ ਆਪਾਂ ਚੱਲੀਏ ਵਾਪਸੀ ਨੂੰ, ਠੰਡ ਬਹੁਤ ਜ਼ਿਆਦਾ ਹੋ ਗਈ ਆ ਅਤੇ ਤੁਸੀਂ ਵੇਖ ਸਕਦੇ ਨੇੜਾ ਵੀ ਹੋ ਗਿਆ ਆ ਅਤੇ ਮੌਸਮ ਆ ਜ਼ਿਆਦਾ ਮੌਸਮ ਆ ਟੂ ਮੱਚ ਠੰਡ ਅਤੇ ਬਾਰੀ ਵੀ ਆਪਣੇ ਆਪ ਖਿੱਚ ਜਾਂਦੀ। ਲਓ ਵੀ ਦੋਸਤੋ ਹੁਣ ਆਪਾਂ ਵਾਪਸ ਫਿਰ ਅਟਲ ਟਨਲ ਵੱਲ ਨੂੰ ਤਿਆਰੀ ਖਿੱਚ ਲਈ ਆ ਅਤੇ ਮਨਾਲੀ ਹੈਗਾ 33 ਕਿਲੋਮੀਟਰ ਉਹ ਸਾਹਮਣੇ ਅਟਲ ਟਨਲ ਹੈ। ਲਓ ਵੀ ਦੋਸਤੋ ਫਿਰ ਅਟਲ ਟਨਲ ਵਿੱਚ ਐਂਟਰ ਹੋ ਚੁੱਕੇ ਹਾਂ ਅਤੇ ਐਰਕੀ ਆਪਾਂ ਆਏ ਹਾਂ 6:35 'ਤੇ। ਸੱਜਣੋ ਐਰ ਕੀ ਫਿਰ ਵੇਖਣਾ ਆਪਾਂ ਟਾਈਮ ਕਿੰਨਾ ਲੱਗਦਾ ਜਾਂਦੇ ਵਾਪਸ, ਲੱਗਣਾ ਤਾਂ ਓਨਾ ਹੀ ਆ। ਚਲੋ ਹੁਣ ਫਿਰ ਵਲੋਗ ਵੀ ਤਾਂ ਪੂਰਾ ਕਰਨਾ ਹੋਣਾ। ਲਓ ਵੀ ਦੋਸਤੋ 6:35 'ਤੇ ਆਪਾਂ ਐਂਟਰ ਹੋਏ ਹਾਂ ਅਤੇ 6:48 ਦੇ ਬਾਹਰ, ਮਤਲਬ ਇੱਧਰ ਆਪਾਂ ਨੂੰ 2 ਕੁ ਮਿੰਟ ਵੱਧ ਲੱਗੇ ਵਾਪਸ ਆਉਂਦਿਆਂ, ਜਾਂਦਿਆਂ ਤਾਂ ਆਪਾਂ ਨੂੰ 10-11 ਮਿੰਟ ਲੱਗੇ ਸੀ ਅਤੇ ਹੁਣ 13 ਕੁ ਮਿੰਟ ਲੱਗ ਗਏ 14 ਜੀ। ਥੈਂਕਸ ਐਂਡ ਵਿਜ਼ਿਟ ਅਗੇਨ। ਹਾਂਜੀ ਹਾਂਜੀ ਜ਼ਰੂਰ, ਕਿਉਂ ਨਹੀਂ ਕਿਉਂ ਨਹੀਂ, ਪੱਕਾ ਇੱਥੇ ਹੀ ਆਉਣਾ, ਹੋਰ ਅਸੀਂ ਕਿੱਥੇ ਆਉਣਾ। ਲਓ ਵੀ ਦੋਸਤੋ ਹੁਣ ਅਸੀਂ ਚੱਲੇ ਹਾਂ ਡਿਨਰ ਕਰਨ, ਪਹਿਲਾਂ ਅਸੀਂ ਠੰਡ ਜ਼ਿਆਦੀ ਕਰਕੇ ਥੱਕ ਬਹੁਤ ਗਏ ਉੱਤੇ, ਬਹੁਤ ਠੰਡ ਸੀ ਜਿੱਥੇ ਗਏ ਸ਼ੀਸ਼ੂ, ਅਤੇ ਹੁਣ ਅਸੀਂ ਚੱਲੇ ਹਾਂ ਡਿਨਰ ਕਰਨ ਜਿੱਥੇ ਤੁਹਾਨੂੰ ਲੋਕੇਸ਼ਨ ਵਿਖਾਈ ਸੀ ਪਹਿਲਾਂ ਪਿੱਛੇ। ਨਾਲ ਜੁੜੇ ਰਹੋ ਸੱਜਣੋ ਵਲੋਗ ਦੇ ਅਤੇ ਆਹ ਵਾ ਆਪਣੀ ਜਗ੍ਹਾ ਜਿੱਥੇ ਆਪਾਂ ਸਟੇਅ ਕੀਤਾ ਹੈ ਇਸ ਟਾਈਮ। ਕਹਿੰਦੇ ਪੂਰਾ ਪੀਸਫੁਲ ਮਾਹੌਲ ਹੈ ਮੇਰੇ ਵੀਰੇ, ਦਿਨੇ ਦਿਖਾਵਾਂਗੇ ਤੁਹਾਨੂੰ ਸਾਰੀ ਜਗ੍ਹਾ ਹੈ। ਵਾਹ ਜੀ ਵਾਹ, ਇੱਧਰ ਦੀ ਆ ਜਾਓ। ਲਓ ਵੀ ਦੋਸਤੋ ਸੱਜਣ ਸਾਡੇ ਨਾਲ ਹੋਰ ਜੁੜ ਚੁੱਕੇ ਆ, ਪਿੱਛੇ ਲਾਈਟ ਚਲਾ ਕੇ ਸਾਨੂੰ ਰਾਹ ਵਿਖਾਉਂਦੇ ਹੋਏ, ਅਤੇ ਪੈਂਡਾ ਹੀ ਬੜਾ ਵਾ। ਲਓ ਵੀ ਦੋਸਤੋ ਪਹੁੰਚ ਗਏ ਹਾਂ ਫਾਈਨਲੀ ਆਪਾਂ ਜਿੱਥੇ ਦੀ ਗੱਲ ਕੀਤੀ ਸੀ। ਵੈਲਕਮ ਗਾਈਸ। ਵੀ ਦੋਸਤੋ ਪਹਿਲਾਂ ਆਪਾਂ ਅੰਦਰ ਬਹਿਣ ਲੱਗੇ ਪਰ ਅੰਦਰ ਦਾ ਪਲਾਨ ਹੋਇਆ ਕੈਂਸਲ, ਅਤੇ ਹੁਣ ਆਪਾਂ ਚੱਲੇ ਹਾਂ ਬਾਹਰ। ਵਾਹ ਜੀ ਵਾਹ, ਕਰਾਉਣੀ ਜੋਨੀ ਵਾਹ ਕਰਾਉਣੀ। ਲਓ ਵੀ ਦੋਸਤੋ ਇਹ ਵੀ ਇਸੇ ਰੈਸਟੋਰੈਂਟ ਦਾ ਪਾਰਟ ਆ, ਇੱਥੇ ਵੀ ਬਹਿ ਕੇ ਆਪਾਂ ਡਿਨਰ ਕਰ ਸਕਦੇ ਹਾਂ, ਪਰ ਸੱਜਣ ਕਹਿੰਦੇ ਆ ਕਿ ਉਹ ਗੋਲਿਆਂ ਜਿਹੇ 'ਚ ਬਹਿਣਾ ਆ। ਉਹ ਵਾਹ ਜੀ ਵਾਹ, ਕਹਿੰਦੇ ਆ ਕਿ ਅੱਜ ਇੰਜੋਏ ਕੀਤਾ ਜਾ ਰਿਹਾ ਹੈ ਵਧੀਆ ਲੈਵਲ 'ਤੇ। ਨਵਾਬ ਸਾਹਿਬ ਤੇ ਆਪਦੀ ਪਤਾ ਨਹੀਂ ਕਿਹੜੀ ਮਸਤੀ 'ਚ ਰੁੱਝੇ, ਕਦੀ ਗੁੱਸੇ ਹੋ ਜਾਂਦੇ ਆ। ਉਹ ਵੀ ਦੋਸਤੋ ਸੱਜਣ ਬੈਠੇ ਆਪਣੇ ਇੱਧਰ, ਤੇ ਆ ਜੇ ਕੋਈ
ਕੀ ਬਣ ਰਿਹਾ ਏ ਮੁੰਡਿਓ? ਰੇਟ ਬਈ ਫੜੇ ਗਏ ਨਾ ਤਾਂ ਹੀ ਕਾਂਡੇ ਵੇ। ਔਰੇਂਜ ਜੂਸ ਭਾਜੀ, ਔਰੇਂਜ ਜੂਸ ਨਹੀਂ ਆ ਇਹਨੂੰ, ਮੌਕਟੇਲ ਕਹਿੰਦੇ ਮੇਰੇ ਹਿਸਾਬ ਨਾਲ। ਮੌਕਟੇਲ ਹੀ ਕਹਿੰਦੇ ਆ, ਮੌਕਟੇਲ ਹੀ ਕਹਿੰਦੇ ਆ। ਉਹ ਤੁਹਾਡੀ ਭੈਣ ਕਹਿੰਦੇ ਪੀਨੇ ਆ ਤੇ ਪੀਨੇ ਆ ਤੇ ਕਿਹੜੀ ਗੱਲ ਹੈ। ਵਾਹ ਜੀ ਵਾਹ ਦੋਸਤੋ, ਕੀ ਬਾਤ ਹੈ। ਓਹੋ ਕੀ ਬਾਤ ਹੈ, ਮੇਰੀ ਵੀ ਕਿਤੇ ਰੋਟੀ ਆਈ। ਇਹ ਤੇ ਸ਼ਰਾਬੀ ਦੋਵੇਂ ਬੈਠੇ ਆ। ਹੋਰ ਸੱਜਣਾ ਠੀਕ ਆ? ਆਪਣਾ ਖਲੋਤਾ ਏ ਤੇ ਵਾਪਸੀ ਖਿੱਚਣੀ ਸੱਜਣਾ ਆਪਾਂ ਕੋਟੇਜ ਵੱਲ ਨੂੰ। ਇਹ ਚੱਲ ਖਿੱਚ। ਹਾਂਜੀ ਹਾਂਜੀ, ਗੱਡੀ ਕਹਿੰਦੇ ਨਵਾਬ ਸਾਹਿਬ ਆਪ ਚਲਾਉਣਗੇ। ਲਓ ਵੀ ਦੋਸਤੋ, ਖਿੱਚ ਲਈ ਆ ਤਿਆਰੀ ਵਾਪਸ। ਅਤੇ ਬਾਈ ਕਹਿੰਦਾ ਦੋ ਮਿੰਟ ਰੋਕ ਲਓ, ਕੋਈ ਆਉਣ ਡਿਆ, ਸ਼ਾਹ ਆਉਣ ਡਿਆ ਸੀ ਅਤੇ ਅਜੇ ਵੀ ਬਾਈ ਕਹਿੰਦਾ ਰੋਕ ਲਓ, ਮਤਲਬ ਅਜੇ ਵੀ ਇੱਕ ਹੋਰ ਗੱਡੀ ਆ ਰਹੀ ਹੈ। ਓਕੇ ਜੀ ਓਕੇ, ਥੈਂਕ ਯੂ ਜੀ ਥੈਂਕ ਯੂ। ਲਓ ਵੀ ਦੋਸਤੋ, ਤੁਰ ਪਏ ਆਪਾਂ ਵਾਪਸ ਆਪਣੇ ਕੋਟੇ ਨੂੰ। ਅਤੇ ਲਓ ਵੀ ਦੋਸਤੋ, ਪਹੁੰਚ ਗਏ ਹਾਂ ਜਿਸ ਕਿਤੇ ਗੱਡੀ ਅੰਦਰ ਲਾਉਣ ਡਿਆ ਹੈ ਅਤੇ ਮੈਂ ਗੱਡੀ ਬਾਹਰ ਲਾਉਣ ਡਿਆ। ਲੋ ਵੀ ਦੋਸਤੋ, ਜਸਕਿਰਤ ਨੇ ਗੱਡੀ ਕਰਤੀ ਪਹਿਲਾਂ ਪਾਰਕ ਤੇ, ਆਪਾਂ ਕਰਤੀ ਹੁਣ। ਮੁੱਕਦੀ ਗੱਲ ਆ ਕਿ ਪਹੁੰਚ ਗਏ ਆ ਨਵਾਬ ਸਾਹਿਬ। ਚੱਲੀਏ ਨਵਾਬ ਸਾਹਿਬ ਤੇ ਬਾਹਰੋਂ ਆ ਕੇ ਇਗਨੋਰ ਮਾਰਨ ਲੱਗ ਪਏ। A few moments later, ਦੋਸਤੋ ਥੋੜੀ ਜਿਹੀ ਭੁੱਖ ਲੱਗੀ ਤੇ ਸਮਾਨ ਲੈਣ ਆ ਗਏ ਬਾਹਰੋਂ। ਲਵੀ ਭਾਈ ਹੋਣੀ ਆ, ਉਹ ਵੇਖੋ ਸਮਾਨ ਲੈਣ ਡਏ ਆ ਤੇ ਸਾਡੇ ਨਾਲ ਜਸਕਿਰਤ ਭਾਈ ਹੋਣੀ ਤੇ ਗਾਜੇ ਭਾਈ ਹੋਣੀ ਇੱਕ ਦੂਜੇ ਨਾਲ ਦੁਖੜੇ ਫੋਲਣ ਡਏ ਆ ਤੇ ਮੈਂ ਤਾਂ ਡਾਪਣਾ ਨਿਸ਼ਾਨ ਕੁਝ ਨਹੀਂ, ਚਿੱਲ ਕਰਨ ਡਿਆ ਮੈਂ ਇਹਨਾਂ ਦੀਆਂ ਗੱਲਾਂ ਸੁਣ ਡਿਆ। ਅੱਧਾ ਕੁ ਲਵੀ ਵਾਲ ਇੱਧਰੋਂ ਵੇਖਣਾ, ਚਾਰੇ ਪੰਨੇ ਧਿਆਨ ਰੱਖਣਾ ਪੈਂਦਾ। ਲਓ ਵੀ ਦੋਸਤੋ, ਤੁਰ ਫਿਰ ਕੇ ਆ ਗਏ ਹਾਂ ਵਾਪਸ, ਸਮਾਨ ਲਿਆਉਣ ਵਾਲਾ ਲਿਆਏ ਹਾਂ। ਕਹਿੰਦੇ ਸਾਡਾ ਗਾਜਾ ਬਾਈ ਪੈਗ ਲਾਉਣੋਂ ਨਹੀਂ ਹਟਦਾ, ਇਹਦੀਆਂ ਬੋਤਲਾਂ ਲੈਣ ਗਏ ਹਾਂ, ਇਹ ਤਾਂ ਕਹੀ ਜਾਵੇ। ਟੁਮਾਰੋ ਕਿਤਨੇ ਸਾਲ ਹੋ ਗਏ? 80 ਸਾਲ 82 82 ਸਾਲ। ਅੰਕਲ ਜੀ, ਯੇ ਲਾਸਟ ਵਿਲੇਜ ਹੈ ਨਾ ਯਹਾਂ ਗਾਉਂ ਕਾ? ਯੇ ਲਾਸਟ ਵਿਲੇਜ ਹੈ ਗਾਉਂ ਆਪਣੇ ਮਨਾਲੀ ਕੇ ਜੋ ਉੱਪਰ ਪਹਾੜੀ ਕਾ ਲਾਸਟ ਵਿਲੇਜ, ਇਸਕੇ ਉੱਪਰ ਕੋਈ ਗਾਉਂ ਹੈ? ਹੈ ਇਸਕੇ ਉੱਪਰ ਗਾਉਂ ਕੋਈ? ਨਹੀਂ ਨਹੀਂ ਹੈ। ਇਹ ਅਖੀਰਲਾ ਹੈ? ਲਾਸਟ ਗਾਉਂ ਹੈ। ਓਕੇ ਲੋ ਵੀ ਦੋਸਤੋ, ਅਖੀਰਲਾ ਪਿੰਡ ਹੈ ਜਿੱਥੇ ਆਪਾਂ ਆਏ ਹਾਂ, ਆਪਾਂ ਨੂੰ ਅੰਕਲ ਹੁਣੇ ਟੱਕਰੇ ਆ। ਆ ਵੇਖੋ ਕੀ ਬਾਤ ਹੈ, ਬਹੁਤ ਤਾਕਾਉਣਾ ਵੇਖ ਇਹਦੇ, ਜੰਨਤ 'ਚ ਆ ਗਏ ਮੁੰਡੇ। ਸੱਜਣੋ ਆਹ ਜਿਹੜੇ ਆਹ ਵਿੱਚ ਤੁਹਾਨੂੰ ਉਂਗਲ ਦੇ ਹਿਸਾਬ ਨਾਲ ਵੇਖਿਓ, ਆਹ ਜਿਹੜੀ ਰੋੜੇ ਰੋੜੇ ਦਿਖਣ ਡੇ ਨਾ ਪੱਥਰ ਪੱਥਰ, ਇਹ ਆ ਨਦੀ ਮਨਾਲੀ ਵਾਲੀ ਜਿੱਥੇ ਲੋਕ ਵੀਡੀਓ ਵੂਡੀਓ ਬਣਾਉਂਦੇ ਆ ਕੇ ਬਹਿ ਕੇ, ਆਪਾਂ ਵੀ ਬਣਾਉਂਦੇ ਰਹੇ ਹਾਂ। ਅਤੇ ਇਹ ਮੁੰਡਾ ਆਪਣਾ ਲਵੀ ਆ, ਇਹ ਆਪਣੇ ਅੰਕਲ ਜੀ ਨੇ। ਅਤੇ ਆਹ ਰਸਤਾ ਵਾ ਜਿਹੜੇ ਰਸਤੇ ਥਾਣੀ ਅਸੀਂ ਉੱਪਰ ਆਏ ਹਾਂ ਸੱਜਣੋ, ਬਹੁਤ ਜ਼ਿਆਦਾ ਛੋਟਾ ਜਿਹਾ ਰਾਹ ਸੀ, ਗੱਡੀ ਇਕੱਲੀ ਲੰਘੂਗੀ, ਦੋ ਗੱਡੀਆਂ ਨਹੀਂ ਲੰਘ ਸਕਦੀਆਂ। ਆਹ ਵੇਖੋ ਆਹ ਰਸਤਾ ਸੀ, ਇੱਥੇ ਆ ਗਏ ਉੱਤੇ ਆ ਗਏ, ਜਸਕਿਰਤ ਸਮਝਾਉਣ ਡਿਆ ਸਾਰਾ ਕੁਝ ਮਨਾਲੀ ਬਾਰੇ ਵੀਰ ਨੂੰ। ਅਤੇ ਗੱਡੀ ਲਾਈ ਅਸੀਂ, ਆਹ ਵੇਖੋ ਅੰਕਲ ਦੇ ਘਰ ਬਾਹਰ ਬਿਲਕੁਲ, ਅਤੇ ਆਹ ਆਪਾਂ ਅੰਕਲ ਦੇ ਕੋਠੇ 'ਤੇ ਆਏ ਹਾਂ। ਜਾਣੇ ਕਰ ਤੁਹਾਨੂੰ ਗੱਲ ਕਹਿਣ ਲੱਗਾ ਜੇ, ਮੇਰੀ ਗੱਲ ਸੁਣ ਲਓ, ਨਜ਼ਾਰੇ ਲਓ, ਸਾਰਿਆਂ ਨੇ ਮਰ ਜਾਣਾ ਇੱਕ ਦਿਨ ਜਾਣਾ। ਇਹ ਮੈਂ ਕਹਾਂਗੇ ਜਾਂਦੇ ਜਾਂਦੇ ਬੁੱਲੇ ਨਹੀਂ ਲੁੱਟ ਕੇ ਗਏ ਹਾਂ। ਚੰਗਾ ਅੰਕਲ ਜੀ, ਬਹੁਤ ਬੜੀਆ ਲਗਾ ਆਪਕੋ ਮਿਲ ਕੇ, ਹਮਾਰੀ ਯੂਟਿਊਬ ਫੈਮਿਲੀ ਕੋ ਬਾਏ ਕਰ ਦੋ, ਬਾਏ ਕਰ ਦੋ ਇਨਕੋ।
ਹਮਾਰੀ ਯੂਟਿਊਬ ਫੈਮਿਲੀ ਕੋ। ਓਕੇ ਸੱਜਣੋ ਫਿਰ ਮਿਲਦੇ ਹਾਂ ਨੈਕਸਟ ਵਲੌਗ। ਡਨ ਜਾ।